ਦੇਖੋ ਬਾਪੂ ਜੀ ਦੀ ਹਸਮੁਖ ਨੇ, ਖੁੱਲ੍ਹੇ ਡੁੱਲੇ ਸੁਭਾਅ ਦੇ ਨੇ, ਅਤੇ ਬਾਪੂ ਜੀ ਦਾ ਜਿਵੇਂ ਦਿਲ ਕਰਦਾ ਸੀ ਕਿ ਟੀਮ ਦੇ ਜਿਹੜੇ ਫਿਲਮ ਦੇ ਹੀਰੋ ਨੇ, ਐਮੀ ਵਿਰਕ ਨੇ, ਜਾਂ ਜਿਹੜੇ ਹੋਰ ਵੱਖ ਵੱਖ ਕਲਾਕਾਰ ਵੱਖ ਵੱਖ ਭੂਮਿਕਾਵਾਂ ਨਿਭਾ ਰਹੇ ਸਨ, ਅਤੇ ਇਸ ਹਵੇਲੀ ਦੇ ਵਿੱਚ ਸ਼ੂਟਿੰਗ ਲਗਾਤਾਰ ਮਹੀਨੇ ਦੇ ਲਗਭਗ ਚੱਲਦੀ ਰਹੀ। ਸੋ ਬਾਪੂ ਜੀ ਨੂੰ ਇਸ ਗੱਲ ਦਾ ਜ਼ਰੂਰ ਮਲਾਲ ਰਹੇਗਾ ਕਿ ਜਿਹੜੇ ਫਿਲਮ ਦੇ ਕਲਾਕਾਰ ਨੇ ਉਹ ਇਹਨਾਂ ਨੂੰ ਨਹੀਂ ਮਿਲੇ, ਨਾ ਇਹਨਾਂ ਨੂੰ ਸ਼ੂਟਿੰਗ ਦੇ ਨੇੜੇ ਆਉਣ ਦਿੱਤਾ ਗਿਆ। ਆਸ ਹੀ ਹੈ ਕਿ ਜਿੱਥੇ ਇਹ ਸ਼ੂਟਿੰਗ ਹੋਈ ਹੈ ਕਲਾਕਾਰ ਵੀ ਜਾਣਦਾ ਅਤੇ ਬਾਕੀ ਟੀਮ ਵੀ ਜਾਣਦੀ ਹੈ, ਬਾਪੂ ਨੂੰ ਜ਼ਰੂਰ ਮਿਲ ਕੇ ਜਾਣ। ਅਤੇ ਮੈਂ ਇੱਕ ਵਾਰੀ ਕੈਮਰਾਮੈਨ ਨੂੰ ਕਹਾਂਗਾ ਕਿ ਇਹ ਛੱਤ ਦਿਖਾਈ ਜਾਵੇ, ਇਹ ਵੇਖ ਸਕਦੇ ਹੋ ਟਾਈਲਾਂ ਜਿਹੜੀਆਂ ਨੇ, ਜ਼ੂਮ ਕਰਕੇ ਕੈਮਰਾ ਦਿਖਾਇਓ, ਇਹ ਟਾਈਲਾਂ ਵੀ ਲਗਭਗ 1 ਫੁੱਟ ਤੋਂ ਵਧੇਰੇ ਲੰਬਾਈ ਲੱਗ ਰਹੀ ਹੈ ਇਹਨਾਂ ਟਾਈਲਾਂ ਦੀ। ਦੋਸਤੋ, ਜੀਰਾ ਤਹਿਸੀਲ ਦਾ ਮੱਲਾਂ ਵਾਲਾ ਕਸਬਾ ਅਤੇ ਉਸਦੇ ਨੇੜੇ ਪੈਂਦਾ ਪਿੰਡ ਕਾਮਲ ਵਾਲਾ, ਇਸ ਪਿੰਡ ਦੀ ਖਾਸ ਗੱਲ ਹੁਣ ਇਹ ਬਣ ਚੁੱਕੀ ਹੈ ਕਿ ਇੱਥੇ ਐਮੀ ਵਿਰਕ ਸਟਾਰਰ ਫਿਲਮ ਬੰਬੂ ਘਾਟ ਫਿਲਮਾਈ ਗਈ ਸੀ ਇਸ ਹਵੇਲੀ ਦੇ ਵਿੱਚ। ਆਪਾਂ ਪਿੱਛੇ ਦਾ ਵਿਊ ਵੇਖ ਸਕਦੇ ਹਾਂਗੇ, ਬਹੁਤ ਹੀ ਖੂਬਸੂਰਤ ਹੈ, ਪੁਰਾਣੀ ਇਮਾਰਤ ਹੈ, ਕਹਿ ਲਈਏ ਮਾਣਮੱਤਾ ਇਤਿਹਾਸ ਸਾਂਭੀ ਬੈਠੀ ਹੈ ਇਸ ਪਿੰਡ ਦੀ ਇਹ ਵਿਰਾਸਤ। ਅਤੇ ਇੱਥੇ ਆਪਣੇ ਨਾਲ ਕੁਛ ਬਜ਼ੁਰਗ ਨੇ ਜਿਹੜੇ ਬਹੁਤ ਹੀ ਰੌਚਕ ਜਾਣਕਾਰੀ ਦੇਣਗੇ, ਬਹੁਤ ਹੀ ਸੋਹਣੀ ਜਾਣਕਾਰੀ, ਅਤੇ ਆਪਾਂ ਇਹਨਾਂ ਨਾਲ ਗੱਲਬਾਤ ਕਰਾਂਗੇ। ਬਾਪੂ ਜੀ ਜਿਹੜੀ ਖੜ੍ਹੇ ਨੇ, ਅਤੇ ਪਹਿਲਾਂ ਮੈਂ ਘਰ ਦੀਆਂ ਤਸਵੀਰਾਂ ਜੀ ਕਰਦਾ ਵਾਰ ਵਾਰ ਵੇਖੀ ਜਾਈਏ, ਕਹਿੰਦੇ ਨੇ ਨਾ, ਨਹੀਂ ਉਹ ਲੱਭਣੇ ਲਾਲ ਗਵਾਚੇ, ਮਿੱਟੀ ਨਾ ਫਰੋਲ ਜੋਗੀ ਆ। ਅਤੇ ਸ਼ਾਇਦ ਇਹ ਜਿਸ ਤਰ੍ਹਾਂ ਦੀ ਇਹ ਵਿਰਾਸਤ ਸੰਭਾਲੀ ਹੋਈ ਹੈ, ਉੱਪਰ ਇਸਦੇ ਪੱਤੀਆਂ ਪਈਆਂ ਹੋਈਆਂ ਨੇ, ਜਿਸ ਤਰ੍ਹਾਂ ਗਾਡਰ ਪਏ ਹੋਏ ਨੇ, ਬਾਪੂ ਹੋਰਾਂ ਨਾਲ ਸਾਰੀ ਆਪਾਂ ਗੱਲਬਾਤ ਕਰਾਂਗੇ। ਅਤੇ ਇਸ ਘਰ ਦੇ ਵਿੱਚ ਹੋਰ ਵੀ ਮਾਣ ਮਹਿਸੂਸ ਹੋ ਰਿਹਾ ਇਸ ਵਿਰਾਸਤ ਨੂੰ ਵੇਖ ਕੇ, ਸਾਡਾ ਵਿਰਸਾ ਤਾਂ ਹੈ ਹੀ ਹੈ, ਸਾਂਭੀ ਬੈਠੀ ਇਹ ਵਿਰਾਸਤ, ਸਾਡੇ ਜਿਉਂਦੇ ਰਹਿਣ ਬਾਬੇ ਦਾਦੇ ਅਤੇ ਉਹ ਮਾਤਾ ਬੇਬੇ ਸਾਡੀ ਬਹੁਤ ਹੀ ਵੱਡੀ ਉਮਰ ਦੇ, ਜਿਹੜੇ ਇਸ ਸ਼ਿੰਗਾਰ ਨੇ ਇਸ ਵਿਰਾਸਤ ਦਾ, ਇਸ ਪਿਆਰੇ ਜਿਹੇ ਘਰ ਦਾ। ਅਤੇ ਬਾਪੂ ਉਹਨਾਂ ਨਾਲ ਆਪਾਂ ਗੱਲਬਾਤ ਕਰਾਂਗੇ। ਭਾਅ ਜੀ, ਨਾਮ ਕੀ ਤੁਹਾਡਾ ਅਤੇ ਇਹ ਪਿੰਡ ਕਿਹੜਾ ਜਿੱਥੇ ਆਪਾਂ ਖੜ੍ਹੇ ਹਾਂ? ਮੇਰਾ ਨਾਂ ਅਜੀਤ ਸਿੰਘ ਆ ਅਤੇ ਪਿੰਡ ਕਾਮਲ ਵਾਲੇ ਦਾ ਰਕਬਾ ਹੈ ਜੀ। ਹਾਂਜੀ। ਅਤੇ ਇੱਥੇ ਹਵੇਲੀ ਜਿਹੜੀ ਆਪਾਂ ਖੜ੍ਹੇ ਹਾਂ, ਇਹਦੀ ਜਾਣਕਾਰੀ ਤੁਹਾਡੇ ਤੋਂ ਲੈਣ ਲਵਾਂਗੇ, ਇਹਦੇ ਵਿੱਚ ਕੋਈ ਕਹਿੰਦੇ ਫਿਲਮ ਵੀ ਬਣੀ ਸੀ? ਇਹ ਫਿਲਮ ਬਣੀ ਸੀ ਬੰਬੂ ਘਾਟ ਜੀ। ਉਹਦਾ ਐਕਟਰ ਕਿਹੜਾ ਸੀ? ਐਮੀ ਵਿਰਕ ਜੀ। ਹਾਂਜੀ। ਅਤੇ ਉਹ ਸਾਨੂੰ ਵੀ ਮਾਣ ਹੁੰਦਾ ਜੀ, ਮੇਰੇ ਪਿੰਡ ਦਾ ਉਹ ਮੁੰਡਾ ਐਮੀ ਵਿਰਕ। ਹਾਂਜੀ। ਅਤੇ ਉਹ ਕਿੰਨਾ ਕੁ ਚਿਰ ਫਿਰ ਇੱਥੇ ਰਹੇ? ਇੱਥੇ ਰਹੇ 15-20 ਦਿਨ ਤਾਂ ਰਹੇ ਨੇ। ਅੱਛਾ। 2 ਮਹੀਨੇ? ਅੱਛਾ। 2 ਮਹੀਨੇ ਲੱਗ ਗਏ ਉਹਨਾਂ ਨੂੰ। ਠੀਕ ਹੈ। ਹੋਰ ਪਾਸੋਂ ਵੀ ਬਣਾ ਕੇ ਲਿਆਉਂਦੇ ਹੁੰਦੇ, ਇੱਥੇ ਆਣ ਕੇ ਫਿਰ ਸਾਰੇ ਸੈੱਟ ਕਰਦੇ। ਠੀਕ ਹੈ। ਹਾਂ, ਬੜੀ ਰੌਣਕ ਲੱਗੀ ਰਹੀ ਇੱਥੇ। ਅੱਛਾ। ਹਾਂਜੀ। ਫਿਲਮ ਵੇਖੀ ਤੁਸੀਂ ਉਹ? ਹਾਂ, ਵੇਖੀ ਹੈ। ਠੀਕ ਹੈ। ਵਧੀਆ ਲੱਗੀ, ਬੜੀ ਸੋਹਣੀ ਬਣੀ ਫਿਲਮ। ਠੀਕ ਹੈ, ਬਹੁਤ ਵਧੀਆ। ਠੀਕ ਹੈ। ਹਾਂਜੀ। ਅਤੇ ਬਾਪੂ, ਜਿਹੜੀ ਇਹ ਹਵੇਲੀ ਹੈ, ਇਹਦਾ ਇਤਿਹਾਸ ਕੀ ਹੈ, ਕਿਹਦੀ ਸੀ? ਇਤਿਹਾਸ ਇਸ ਤਰ੍ਹਾਂ ਹੈ ਵੀ ਇੱਥੇ ਇੱਕ ਆਲੇ ਵਾਲਾ ਪਿੰਡ ਦਰਿਆ ਦੇ, ਉਹ ਸਾਰਾ ਮੁਸਲਮਾਨ ਦਾ ਸੀ, ਡੋਗਰ ਦਾ ਜੀ। ਅਤੇ ਉਹ ਉੱਥੋਂ ਪਾਣੀ ਆ ਗਿਆ ਦਰਿਆ ਨਾਲ, ਉਹ ਢਹਿ ਗਿਆ ਪਿੰਡ, ਉਹ ਫਿਰ ਉਹਨੇ ਸਾਡੇ ਆਸ਼ੀ ਹੈ ਕਿ ਪਿੰਡ ਨਾਲ ਉੱਥੇ ਮਕਾਨ ਪਾਏ। ਅੱਛਾ। ਉੱਥੇ ਵੀ ਦਰਿਆ ਆ ਗਿਆ ਅਤੇ ਫਿਰ ਉਹਨੇ ਇੱਥੇ ਕਾਮਲਾਲੇ ਦੀ ਪੈਲੀ ਲੈ ਕੇ ਨਾ, ਮੋਹਲਾ ਆਪਦੀ ਰਕਬਾ ਲੈ ਕੇ, ਇਹ ਥਾਂ ਜ਼ਿਆਦਾ ਉੱਚਾ ਥਾਂ ਵੇਖ ਕੇ ਵੀ ਇੱਥੇ ਪਾਣੀ ਨਹੀਂ ਆਊਗਾ, ਫਿਰ ਇੱਥੇ 2 ਭੱਠੇ ਲਾ ਕੇ ਫਿਰ ਉਹਨੇ ਆਪਦਾ ਮਕਾਨ ਬਣਾਇਆ ਇੱਥੇ ਆਪਦਾ। ਠੀਕ ਹੈ। ਬੜਾ ਆਲੀਸ਼ਾਨ ਬਣਾਇਆ ਇਹ, ਉਹਨਾਂ ਜ਼ਮਾਨੇ 'ਚ ਮਕਾਨ ਬਣਿਆ ਜਦੋਂ 1 ਇੱਟ ਵੀ ਕਿਤੇ ਨਹੀਂ ਲੱਭਦੀ। ਹੈ ਜੀ ਜੀ। ਅਤੇ ਇਹ ਤਾਂ ਬਾਪੂ ਜੀ ਕਮਾਲ, ਵੈਸੇ ਜਿਵੇਂ ਅੱਜ ਵੀ ਵੇਖੀ ਹਵੇਲੀ, ਇਹ ਕਿੰਨੀ ਕੁ ਪੁਰਾਣੀ ਹੋਏਗੀ ਤੁਹਾਡੇ ਹਿਸਾਬ? ਇਹ ਪੁਰਾਣੀ ਸਾਡੇ ਹਿਸਾਬ ਦਾ 150 ਤੋਂ ਘੱਟ ਰਹੀ ਹੋਣੀ। ਹਾਂਜੀ। ਹਾਂ। ਇਸ ਤਰ੍ਹਾਂ ਹੈ ਵੀ ਉਸ ਜ਼ਮਾਨੇ 'ਚ ਜਦੋਂ ਇਹ ਬਣੀ ਹੈ ਨਾ ਬਿਲਡਿੰਗ, ਇੱਟਾਂ 'ਤੇ ਚੱਲ ਆਪਦੀਆਂ ਬਣਾ ਲਈਆਂ, ਅਤੇ ਆਹ ਜਿਹੜਾ ਮਟੀਰੀਅਲ ਆ ਨਾ, ਇਹ ਸਾਰਾ ਹੀ ਵੀ ਉਹਨਾਂ ਦੇ ਵੱਡੇ ਦੱਸਦੇ ਵੀ ਲਾਹੌਰ ਤੋਂ ਆਇਆ ਜੀ, ਅਤੇ ਗੱਡੀਆਂ ਦੇ ਕਸੂਰ ਆਏ ਦੀ, ਕਸੂਰੋਂ ਫਿਰੋਜ਼ਪੁਰ, ਫਿਰੋਜ਼ਪੁਰ ਮੱਲਾਂ ਵਾਲੇ ਫਿਰ ਆਇਆ ਦੁਬਾਰਾ ਇਹ ਗੱਡਿਆਂ ਦੇ ਉੱਤੇ, ਅਤੇ ਫਿਰ ਉਹਨੇ ਤਿਆਰ ਕੀਤਾ ਜੀ।
ਅਤੇ ਇਸ ਇਲਾਕੇ ਦਾ ਉਹ ਜੈਲਦਾਰ ਸੀ। ਠੀਕ ਹੈ। ਉਹਦੀ ਜੈਲ ਦੇ ਚੌਹਾਂ ਪਿੰਡਾਂ ਦੀ ਜੈਲ ਸੀ ਉਹਦੀ। ਠੀਕ। ਜੇ ਕੋਈ ਡੰਗਰ ਪਾਸਿਓਂ ਆ ਕੇ ਉਹਦੀ ਝੱਲ 'ਚ ਵੜਦਾ ਸੀ ਤਾਂ ਉਹ ਫੜ ਕੇ ਅਤੇ ਇੱਥੇ ਉਹਨੇ ਬਣਾਈ ਸੀ ਆਪਦੀ ਹਵਾਲਾਤ। ਅੱਛਾ। ਇਹਦੇ ਵਿੱਚ ਉਹਨੂੰ ਜਾਣੀ ਲੈ ਆਉਂਦਾ ਸੀ, ਉਹਦੇ ਬੰਦੇ ਲੈ ਆਉਂਦੇ ਸੀ। ਅੱਛਾ। ਅਤੇ ਜਿਨ੍ਹਾਂ ਦਾ ਡੰਗਰ ਮਾਸ਼ ਹੁੰਦਾ ਸੀ ਉਹਨਾਂ ਨੂੰ 5 ਰੁਪਈਏ ਇੱਕ ਡੰਗਰ ਦੇ, ਫਿਰ ਉਹ ਲੈ ਕੇ ਫਿਰ ਡੰਗਰ ਦਿੰਦਾ ਸੀ। ਠੀਕ ਹੈ। ਇਸ ਤਰ੍ਹਾਂ ਹੀ ਇਹ ਇਲਾਕੇ ਦਾ ਬਹੁਤ ਮੰਨਿਆ ਤਕੜਾ ਬੰਦਾ ਸੀ ਅਤੇ ਇਮਾਨਦਾਰ ਬੜਾ ਸੀ ਉਹ। ਠੀਕ ਹੈ। ਇਹ ਸੁਣਦੇ ਹਾਂ ਵੀ ਆਹ ਮੱਲਾਂ ਵਾਲਾ ਸ਼ਹਿਰ ਹੈ ਨਾ ਜਿਹੜਾ, ਉਹ ਇੱਕ ਮੱਲਾਂ ਦਾ ਖਤਰੇ ਹੈਗਾ ਡੋਗਰ, ਉਹ 12 ਬਸਤੀਆਂ ਦਾ ਮਾਲਕ ਆ। 12 ਬਸਤੀਆਂ ਪੈਂਦੀਆਂ ਮੱਲਾਂ ਵਾਲੇ 'ਚ। ਉਹਨੂੰ ਕੋਈ ਬਾਜ਼ਾਰ 'ਚੋਂ ਇੱਕ ਸਿਰਗਟ ਨਹੀਂ ਦਿੰਦਾ ਅਤੇ ਇਹ ਜਿਹੜਾ ਬੰਦਾ ਸੀ ਨਾ ਇਹਨੂੰ ਜਦੋਂ ਵੀ ਕੋਈ ਸੁਨੇਹਾ ਘੱਲਦਾ ਸੀ ਭਾਵੇਂ ਲੱਖਾਂ ਦਾ ਸਮਾਨ ਮੱਲਾਂ ਨੂੰ ਲੈ ਇਹਨੂੰ ਦੇ ਦਿੰਦੇ। ਐਡਾ ਇਮਾਨਦਾਰ ਬੰਦਾ ਸੀ। ਇਹ ਤਾਂ ਫਿਰ ਸਾਡਾ ਬਜ਼ੁਰਗ ਸਰਦਾਰ ਨਾਮ ਸਿੰਘ ਸਾਡਾ ਤਾਇਆ ਲੱਗਦੇ ਆ, ਉਹਨਾਂ ਦਾ ਬਾਪ ਸੀ, ਉਹਦਾ ਦੋਸਤ ਯਾਰ ਬੇਲੀ ਸੀ, ਉਹ ਫਿਰ ਹਵੇਲੀ ਉਹਨੇ ਬਾਪੂ ਨਾਮ ਸਿੰਘ ਨੂੰ ਦੇ ਦਿੱਤੀ, ਘਰ ਬਾਰ ਪੈਲੀ ਸਾਰੀ ਉਹਨੂੰ ਦੇ ਦਿੱਤੀ। ਉਹ ਸਰ ਨਾਮ ਸਿੰਘ ਦਾ ਜਿਹੜਾ ਪਰਿਵਾਰ ਹੈ ਉਹ ਸਾਰਾ ਇੱਥੇ ਵੱਸਦਾ, ਉਹਨੂੰ 3 ਭਰਾ ਨੇ ਅਤੇ ਸਾਰਾ ਰਕਬਾ ਸਾਰੇ ਖੂਹ ਸਾਰਾ ਘਰ ਇਹਨਾਂ ਦੇ ਕੋਲ ਆ। ਇਹਨਾਂ ਨੇ ਗੌਰਮੈਂਟ ਨੂੰ ਪੈਸੇ ਦੇ ਕੇ ਇਹਨਾਂ ਨੇ ਪੈਲੀਆਂ ਆਪਦੀਆਂ ਪੱਕੀਆਂ ਕਰਾ ਲਈਆਂ, ਅਲਾਟਮੈਂਟ ਕਰਾ ਲਈਆਂ। ਬਾਪੂ ਜੀ ਜਿਵੇਂ ਤੁਸੀਂ ਇਹ ਹਵੇਲੀ ਦਾ ਇਤਿਹਾਸ ਜਾਣਦੇ ਹੋ, ਤੁਹਾਨੂੰ ਇਹ ਕਿੱਥੋਂ ਪਤਾ ਲੱਗਾ ਮਤਲਬ ਇਹ ਚੀਜ਼ਾਂ ਜਿਹੜੀਆਂ ਨੇ? ਅਸੀਂ 1947 'ਚ ਜਦੋਂ ਪਾਕਿਸਤਾਨੋਂ ਆਏ ਹਾਂ ਉਦੋਂ ਆਏ ਇੱਥੇ, ਅਸੀਂ ਇਹ ਉੱਧਰ ਚਲੇ ਗਏ, ਅਸੀਂ ਇੱਧਰ ਆ ਗਏ। ਠੀਕ ਹੈ। ਅਤੇ ਉਦੋਂ ਫਿਰ ਨਵੀਆਂ ਨਵੀਆਂ ਗੱਲਾਂ ਫਿਰ ਤਾਜ਼ੀਆਂ ਗੱਲਾਂ ਸੀ, ਉਦੋਂ ਫਿਰ ਪਤਾ ਲੱਗਦਾ ਰਿਹਾ। ਅੱਛਾ ਅੱਛਾ। ਹਾਂ ਜੀ। ਅਸੀਂ ਲਾਹੌਰੋਂ ਆ ਗਏ ਇੱਥੇ ਅਤੇ ਉਹ ਲਾਹੌਰ ਨੂੰ ਚਲੇ ਗਏ। ਅੱਛਾ। ਤੁਸੀਂ ਲਾਹੌਰ ਹੀ ਹੋ? ਅਸੀਂ ਲਾਹੌਰ ਗਏ ਹਾਂ। ਠੀਕ ਹੈ। ਹਾਂਜੀ। ਬਾਪੂ ਜੀ ਜਦੋਂ ਇਹ ਵੰਡ ਹੋਈ ਹੈ 1947 ਦੀ ਅਤੇ ਉਸ ਤੋਂ ਬਾਅਦ 'ਚ ਜਿਵੇਂ ਜਿਵੇਂ ਤੁਸੀਂ ਜਵਾਨ ਹੋਏ, ਤੁਹਾਡਾ ਜਨਮ ਜਿਹੜਾ ਉੱਧਰ ਦਾ ਇੱਧਰ ਦਾ? ਨਹੀਂ, ਮੇਰਾ ਜਨਮ 1947 ਦਾ, ਉੱਧਰ ਮੈਂ 1 ਮਹੀਨੇ ਦਾ ਸਾਂ। ਠੀਕ ਹੈ। ਅਤੇ ਉਦੋਂ ਫਿਰ ਜਦੋਂ ਇੱਧਰ ਆ ਗਏ ਫਿਰ ਜਵਾਨ ਹੁੰਦੇ ਗਏ, ਫਿਰ ਸਾਰਾ ਸਾਨੂੰ ਪਤਾ ਲੱਗਦਾ ਰਿਹਾ। ਆਮ ਲੋਕ ਗੱਲਾਂ ਕਰਦੇ ਹਨ ਵੀ ਫਲਾਣਾ ਬੰਦਾ ਇੱਥੋਂ ਗਿਆ, ਫਲਾਣਾ ਆਇਆ, ਫਲਾਣਾ ਫਲਾਣਾ ਤਾਂ ਬਹਿ ਗਿਆ, ਫਲਾਣਾ ਢੀਂਗ ਤਾਂ ਆ ਗਿਆ। 1900 ਜਨਮ ਦਾ ਮੈਂ 1 ਮਹੀਨੇ ਦਾ। ਆਪਾਂ ਆ ਰਹੇ ਸਾਂ ਬਾਪੂ ਨਹੀਂ ਕਹਿੰਦੇ ਵੀ ਮੈਂ ਜਿੱਥੇ ਬੰਬੂਗੜ੍ਹ ਫਿਲਮ ਬਣੀ ਹੈ ਤੁਹਾਨੂੰ ਉਹ ਥਾਂ ਵਿਖਾ ਕੇ ਲਿਆਉਣੀ ਹੈ, ਕਾਮਲ ਵਾਲੇ ਪਿੰਡ ਦੀ। ਬਾਪੂ ਜੀ ਸਹੀ ਦੱਸਿਓ ਵੀ ਗੱਡੀ ਕਿੰਨੀ ਕੁ ਭਜਾਉਂਦੇ ਨੇ? ਬਾਪੂ ਜੀ ਗੱਡੀ ਬਹੁਤ ਪੈਣ। ਉਮਰ ਤੁਹਾਡੀ ਵੇਖੋ 77 ਸਾਲ ਲਗਭਗ। 78 ਸਾਲ ਮੈਂ। ਹਾਂਜੀ ਹਾਂਜੀ। ਤੁਸੀਂ ਗੱਡੀ ਬੜੀ ਫੈਂਟਦੇ ਹੋ, ਡਰ ਨਹੀਂ ਲੱਗਦਾ ਭਜਾਉਂਦੇ ਬਹੁਤ? ਨਹੀਂ, ਗੱਡੀ ਤਾਂ ਮੈਨੂੰ ਕੋਈ ਡਰ ਨਹੀਂ ਲੱਗਦਾ, ਗੱਡੀ ਡਰ ਕਾਹਦਾ ਲੱਗਣਾ। ਇਹ ਗੱਡੀ ਅੱਜ ਪੁਰਾਣੇ ਚਿਰ ਦੀ ਚਲਾਉਂਦੇ ਹਾਂ ਅਤੇ ਚੜ੍ਹੀ ਗੱਡੀ ਜੇ ਮਰਜ਼ੀ ਚਲਾਈ। ਨਹੀਂ, ਗੱਡੀ ਤਾਂ ਐਲਟੋ ਭਾਵੇਂ 20-20 ਸਾਲ ਹੋ ਗਏ ਨੇ ਨਾ ਜਦੋਂ ਦੀ ਇਹ ਮਾਡਲ ਆਇਆ, ਪਰ ਗੱਡੀ ਤਾਂ ਬਾਪੂ ਜੀ ਨਵੇਂ ਜ਼ਮਾਨੇ ਦੀ ਨੇ, ਤੁਸੀਂ ਪੁਰਾਣੇ ਜ਼ਮਾਨੇ ਦੇ ਹੋ। ਉਹ ਪੁਰਾਣੇ ਜ਼ਮਾਨੇ ਦਾ ਹੈ ਪਰ ਅਜੇ ਪੂਰੇ ਬਣੇ ਨਹੀਂ ਨਾ, ਅਜੇ ਤਾਂ ਮੁੰਡਿਆਂ ਵਰਗੇ ਹੀ ਆਪਾਂ ਤਾਂ। ਅਤੇ ਬਾਪੂ ਜੀ ਆਪਣੇ ਵਿੱਚ ਉਹ ਗੱਲ ਹੈਗੀਆਂ ਜੀ। ਤੁਸੀਂ ਸਹੀ, ਤੁਸੀਂ ਕਿਹਾ ਵੀ ਅਸੀਂ ਮੁੰਡਿਆਂ ਵਰਗੇ ਹਾਂ, ਮੁੰਡੇ ਸ਼ਾਇਦ ਅਸੀਂ ਤੁਹਾਡੇ ਤੋਂ ਬਹੁਤ ਜ਼ਿਆਦਾ ਤੁਹਾਡਾ ਮੁਕਾਬਲਾ ਨਹੀਂ ਕਰ ਸਕਦੇ। ਨਹੀਂ ਕਰ ਸਕਦੇ। ਜਿੰਨੀ ਤੁਹਾਡੀ ਉਮਰ ਹੈ ਦੋਸਤੋ, ਜਿਹੜੇ ਚੈਨਲ 'ਤੇ ਇਸ ਟਾਈਮ ਵੇਖ ਰਹੇ ਨੇ ਸਾਡੇ ਪਿਆਰੇ ਦਰਸ਼ਕ ਹੈ, ਜਿਹੜੇ ਦੇਸ਼ਾਂ ਵਿਦੇਸ਼ਾਂ 'ਚ ਬਾਪੂ ਜੀ ਹੋਰਾਂ ਦੀ ਗੱਲਬਾਤ ਸੁਣ ਰਹੇ ਨੇ, ਅਸੀਂ ਇੱਕ ਬੇਨਤੀ, ਇੱਕ ਅਪੀਲ ਕਰਨੀ ਚਾਹਾਂਗੇ ਕਿ ਜਿੱਥੇ ਦੌੜਾਂ ਲਵਾਈਆਂ ਜਾਂਦੀਆਂ ਨੇ, ਗੱਡੀਆਂ ਭਜਾਈਆਂ ਜਾਂਦੀਆਂ ਨੇ, ਜਾਂ ਕੋਈ ਹੱਥੀਂ ਕੰਮ ਕਾਰ ਕਰਨਾ, ਜਾਂ ਜਿੱਥੇ ਬਜ਼ੁਰਗਾਂ ਦੇ ਮੁਕਾਬਲੇ ਨੇ, ਉੱਥੇ ਬਾਪੂ ਜੀ ਹੋਰਾਂ ਨੂੰ ਜ਼ਰੂਰ ਸੱਦਿਓ ਤੁਸੀਂ। ਇਹ ਮੱਲਾਂ ਵਾਲਾ ਕਸਬਾ ਹੈ ਜੀਰਾ ਤਹਿਸੀਲ ਦੇ ਨੇੜੇ, ਅਤੇ ਉਹਦੇ ਨੇੜੇ ਆਸ਼ੀਏ ਕੇ ਪਿੰਡ ਹੈ, ਆਸ਼ੀਏ ਕੇ ਪਿੰਡ ਦੇ ਨੇੜੇ 2-3 ਪਿੰਡ ਨੇ ਜਿੱਥੋਂ ਬਾਪੂ ਅਜੀਤ ਸਿੰਘ ਨੇ, ਅਤੇ ਕਾਮਲ ਵਾਲਾ ਪਿੰਡ ਦੀ ਇਹ ਤਸਵੀਰ ਹੈ ਜਿਹੜੀ ਪੁਰਾਣਾ ਸੱਭਿਆਚਾਰ ਸੰਭਾਲਿਆ, ਪੁਰਾਣਾ ਵਿਰਸਾ। ਰਾਜੇ ਤੁਸੀਂ ਕਦੀ ਇੰਨੀ ਸੰਭਾਲੀ ਹੋਈ ਪੁਰਾਣੀ ਵਿਰਾਸਤ ਜਿੱਥੇ ਘਰ ਵੱਸ ਰਿਹਾ ਹੋਵੇ, ਵੇਖੀ ਕਦੇ? ਨਹੀਂ ਬਾਈ ਜੀ, ਬਿਲਕੁਲ ਨਹੀਂ ਦੇਖੀ। ਜਿਹੜਾ ਇੱਥੇ ਆ ਜਾ ਕੇ ਜਿਹੜਾ ਆਨੰਦ ਮਿਲਿਆ ਜੀ, ਇੰਨੀਆਂ ਪੁਰਾਣੀਆਂ ਵਿਰਾਸਤੀ ਜਿਹੜੀਆਂ ਚੀਜ਼ਾਂ ਜਿਹੜੀਆਂ ਪਈਆਂ ਹੈ, ਵੀ ਬਹੁਤ ਹੀ ਜ਼ਿਆਦਾ, ਮੈਂ ਕੁਛ ਜ਼ਿਆਦਾ ਕਹਿ ਨਹੀਂ ਸਕਦਾ। ਮਤਲਬ ਇੰਨਾ ਆਨੰਦ ਆ ਰਿਹਾ ਵੀ ਯਾਰ, ਆਪਣੇ ਮਤਲਬ ਇੰਨੀਆਂ ਵਿਰਾਸਤੀ ਚੀਜ਼ਾਂ ਜਿਹੜੀਆਂ ਅੱਜ ਤੱਕ ਸੰਭਾਲ ਕੇ ਰੱਖੀਆਂ ਜੀ, ਬਹੁਤ ਵੱਡੀ ਗੱਲ ਹੈ ਰਾਜੇ ਬਾਈ। ਕਮਾਲ ਹੈ ਨਾ, ਜਿਵੇਂ ਬਾਪੂ ਜੀ ਦੱਸ ਰਹੇ ਵੀ 150 ਸਾਲ ਪੁਰਾਣੀ ਹਵੇਲੀ ਹੋਣੀ ਹੈ, ਜਿਹੜੇ ਲੋਕ ਇੱਥੇ ਰਹਿੰਦੇ ਹਨ ਇਸ ਹਵੇਲੀ 'ਚ 47 ਵੰਡ 'ਚ
ਉਹ ਇੱਥੋਂ ਇਹਨੂੰ ਛੱਡ ਕੇ ਚਲੇ ਗਏ ਅਤੇ ਉੱਧਰਲੇ ਇੱਧਰ ਆ ਗਏ, ਜਿਹੜੇ ਉੱਧਰੋਂ ਇੱਧਰ ਆਣ ਕੇ ਬੈਠੇ ਨੇ ਬਾਪੂ ਹਰੀ ਲਾਹੌਰੀਏ ਨੇ, ਅਤੇ ਕਿੰਨਾ ਇਤਿਹਾਸ ਬਾਰੇ ਜਾਣਦੇ ਨੇ, ਕਿਉਂਕਿ ਜਿਵੇਂ ਜਵਾਨ ਹੋਏ ਹੋਣਗੇ ਅਤੇ ਆਪਣੇ ਬਾਪੂ ਬੇਬੇ ਤੋਂ ਸਾਰਾ ਕੁਛ ਸੁਣਦੇ ਰਹਿੰਦੇ ਹੋਣਗੇ। ਪਹਿਲਾਂ ਤਾਂ ਗੱਲਾਂ ਵੀ ਬਾਪੂ ਜੀ, ਕਿਉਂਕਿ ਪੜ੍ਹਾਈ ਘੱਟ ਸੀ, ਇੱਕ ਕਲਾਸ ਪੜ੍ਹਿਆ ਵੀ ਅੱਜ ਦੀ ਬੀ ਏ ਦੇ ਬਰਾਬਰ ਸੀ, ਸੋ ਗੱਲਾਂ ਤਾਂ ਤੁਹਾਨੂੰ ਇਕੱਲੀ ਇਕੱਲੀ ਫਿਰ ਚੇਤਾ ਹੋਣਗੇ ਜਿਵੇਂ ਵੱਡੇ ਹੁੰਦੇ ਗਏ ਜਵਾਨ ਹੋਏ। ਨਹੀਂ, ਸਾਰੀਆਂ ਦੇ ਚੇਤੇ ਜਦੋਂ ਅਸੀਂ ਇੱਥੇ ਆਏ ਹਾਂ ਉਦੋਂ ਇੱਥੇ ਬੜੀ ਝੱਲ ਹੁੰਦੀ ਸੀ, ਅਤੇ ਸੰਨ 1962 ਦੇ ਵਿੱਚ ਫਿਰ ਮੈਂ ਇੱਥੇ ਮਲਾਲੇ ਪੜ੍ਹਨ ਜਾਂਦਾ ਰਿਹਾ, ਅਤੇ ਸਾਰੀ ਝੱਲ 'ਚੋਂ ਤੁਰ ਕੇ ਜਾਣਾ, ਇਹ ਜਿੰਨਾ ਪੈਂਡਾ ਤਾਂ ਤੁਰ ਕੇ ਹੀ ਆਉਣਾ ਅਤੇ ਤੁਰ ਕੇ ਜਾਣਾ ਸ਼ਾਮ ਨੂੰ। ਇਹਨਾਂ ਮਹਿਲਾਂ ਦੇ ਕੋਲ ਦੀ ਅਸੀਂ ਨਾਲ ਡੰਡੀ ਹੁੰਦੀ, ਕੋਲ ਦੀ ਲੰਘ ਕੇ ਜਾਂਦੇ ਸਨ। ਇਹ ਜਿਹੜਾ ਸਾਡਾ ਪਰਿਵਾਰ ਆ ਨਾ ਸਰਨਾ ਆਪਸੋਂ ਦਾ, ਇਹ ਜੇ ਨਾ ਇਹਦੇ 'ਚ ਬਹਿੰਦੇ ਤਾਂ ਲੋਕਾਂ ਇੱਟਾਂ ਵੀ ਲੈ ਜਾਣੀਆਂ ਸੀ। ਇਹ ਇਹਨਾਂ ਦਾ ਕੰਮ ਹੀ ਆ ਜਿਨ੍ਹਾਂ ਨੇ ਆਪਦਾ ਮਤਲਬ ਵੀ ਸਾਂਭ ਕੇ ਰੱਖਿਆ। ਉਹ ਮਾਲਕ ਵੀ ਆਇਆ ਸਨ, 5-6 ਸਾਲ ਹੋ ਗਿਆ, ਉਹ ਵੀ ਵੇਖ ਕੇ ਗਏ ਨੇ, ਉਹ ਬੜੇ ਖੁਸ਼ ਹੋਏ ਨੇ ਵੀ ਸਾਡੀ ਚੀਜ਼ ਨੂੰ ਸਾਂਭ ਕੇ ਰੱਖਿਆ ਆਹ ਚੀਜ਼। ਅਤੇ ਝੱਲ ਹੁੰਦੀ ਸੀ, ਕੋਈ ਇੱਥੇ ਕਣਕ ਨਹੀਂ ਹੁੰਦੀ, ਕੋਈ ਝੋਨਾ ਨਹੀਂ ਹੁੰਦਾ, ਪਾਣੀ ਆ ਜਾਂਦਾ ਅਤੇ ਡੁੱਬ ਜਾਂਦਾ ਸੀ, ਅਤੇ ਫਿਰ ਅਸੀਂ ਉਹ ਸਹੀ ਜਿਹੇ ਪੈਲੀਆਂ ਪੁੱਟੀਆਂ, ਪੁੱਟ ਕੇ ਬਲਦਾਂ ਨਾਲ ਵਾਹੀਆਂ, ਬਲਦਾਂ ਨਾਲ ਵਾਹ ਕੇ ਫਿਰ ਟਰੈਕਟਰ ਆ ਗਏ, ਫਿਰ ਉਹ ਟਰੈਕਟਰ ਲਿਆਉਂਦੇ, ਫਿਰ ਉਹ ਕਿਰਾਏ ਮਾਰ ਕੇ ਸਾਰੀਆਂ ਪੈਲੀਆਂ ਸਾਰੇ ਇਲਾਕੇ ਨੇ ਪੱਧਰ ਕੀਤੀਆਂ, ਅਤੇ ਫਿਰ ਬਿਜਲੀ ਆ ਗਈ, ਬਿਜਲੀ ਆਉਣ ਕਰਕੇ ਸਾਡਾ ਇਲਾਕਾ ਜਿਹੜਾ ਹੈ ਉਹ ਸਾਰਾ ਖੁਸ਼ਹਾਲ ਹੋ ਗਿਆ ਜੀ। ਆਹ ਚੀਜ਼ ਹੈ। ਅੱਛਾ ਬਾਪੂ ਜੀ, ਜਦੋਂ ਆਜੋ ਅੱਗੇ ਆਜੋ, ਜਦੋਂ ਫਿਲਮ ਇੱਥੇ ਸ਼ੂਟਿੰਗ ਹੋਈ ਹੈ, ਐਮੀ ਵਿਰਕ ਆਇਆ ਨਾਲ, ਉਹਦੇ ਹੋਰ ਕਲਾਕਾਰ ਸਨ ਕਾਫੀ ਜ਼ਿਆਦਾ, ਹਾਂਜੀ, ਤੁਹਾਨੂੰ ਫਿਲਮ ਦੇ ਨੇੜੇ ਤੁਸੀਂ ਗਏ ਹੋ ਸੈੱਟ ਦੇ, ਜਦੋਂ ਸੈੱਟ ਲੱਗੇ ਹੋਏ ਫਿਲਮ ਦੀ ਸ਼ੂਟਿੰਗ ਚੱਲਣ ਡੀ ਸੀ? ਇਸ ਤਰ੍ਹਾਂ ਨਾ, ਉਹ ਅੰਦਰ ਹੀ ਜੋ ਕਰਦੇ ਹਨ ਸਾਨੂੰ ਅੰਦਰ ਨਹੀਂ ਆਉਣ ਦਿੰਦੇ। ਅੱਛਾ, ਅੰਦਰ ਉਹ ਹੀ ਬੰਦੇ ਆਉਂਦੇ ਸੀ ਜਿਹੜੇ ਕੰਮ ਕਰਦੇ ਸੀ, ਠੀਕ ਹੈ, ਅਤੇ ਅਸੀਂ ਤਾਂ ਇੱਥੇ ਬਾਹਰ ਹੁੰਦੇ ਹਾਂ, ਸਾਰਾ ਪਰਿਵਾਰ ਬਾਹਰ ਆਪਦਾ ਇੱਥੇ ਵੇਹਦੇ ਇਹਨਾਂ ਨੂੰ। ਅੱਛਾ, ਤੁਸੀਂ ਆਉਂਦੇ ਫਿਰ ਕਦ ਤੋਂ ਸੋ ਇੱਥੇ ਜਦੋਂ ਵੜਨੀ? ਫਿਰ ਇਸ ਤਰ੍ਹਾਂ ਵੇਖਣ ਗਿਆ ਵੀ ਫਿਲਮ ਬਣੀ ਹੈ, ਫਿਲਮ ਹਰ ਇੱਕ ਨੂੰ ਚਾਹ ਹੁੰਦਾ ਯਾਰ ਕਿਹੋ ਜਿਹੀ ਬਣਨੀ ਆ, ਕਿਤਨਾ ਬਣਨੀ ਆ, ਵੇਖੀ ਸੀ ਵੀ ਕਿਵੇਂ ਬਣਾਉਂਦੇ ਆ, ਇਸ ਕਰਕੇ ਉਹਦੇ ਹੋਰ ਸੁੱਕ ਲੈਣਾ ਦੇਣਾ ਤਾਂ ਹੈ ਕੁਛ ਨਹੀਂ। ਸੋ ਜਿਵੇਂ ਬਾਪੂ ਜੀ ਹੋਰਾਂ ਦੀ ਗੱਲਬਾਤ ਸੁਣੀ ਹੈ, ਬਾਪੂ ਜੀ ਹੋਰੀ ਬਹੁਤ ਜ਼ਿਆਦਾ ਜਿਸ ਤਰ੍ਹਾਂ ਕਿ ਇਤਿਹਾਸ ਬਾਰੇ ਜਾਣਦੇ ਨੇ, ਸੱਭਿਆਚਾਰ ਬਾਰੇ ਤਾਂ ਜਾਣਦੇ ਨੇ, ਬਾਪੂ ਜੀ ਹੋਰਾਂ ਦੀ ਗੱਲਬਾਤ ਦੇ ਵਿੱਚੋਂ ਇੱਕ ਰਾਜੇ ਬਾਈ ਹੈ ਨਾ ਗੱਲ ਨਿਕਲੀ, ਅਸੀਂ ਅਪੀਲ ਕਰਨੀ ਚਾਹਵਾਂਗੇ ਜਿਹੜੇ ਸਾਡੇ ਫਿਲਮੀ ਆਰਟਿਸਟ ਨੇ, ਫਿਲਮੀ ਕਲਾਕਾਰ ਨੇ, ਜੇਕਰ ਕੋਈ ਵੀ ਇੱਥੇ ਸ਼ੂਟਿੰਗ ਦੇ ਸੰਬੰਧ 'ਚ ਆਉਂਦਾ ਹੈ ਜਾਂ ਕਿਤੇ ਵੀ ਸ਼ੂਟਿੰਗ ਚੱਲ ਰਹੀ ਹੁੰਦੀ ਹੈ, ਕਲਾਕਾਰਾਂ ਨੂੰ ਚਾਹੀਦਾ ਕੋਈ ਆਪਣੇ ਆਲੇ ਦੁਆਲੇ ਦਾ ਧਿਆਨ ਜ਼ਰੂਰ ਰੱਖਣ, ਇਸ ਤਰ੍ਹਾਂ ਦੀਆਂ ਮਾਣਮੱਤੀਆਂ ਰੂਹਾਂ ਜਿਹੜੇ ਇੰਨਾ ਕੁਝ ਇਸ ਹਵੇਲੀ ਦੇ ਬਾਰੇ ਵੀ ਜਾਣਦੇ ਨੇ, ਅਤੇ ਉਹ ਲਗਭਗ ਜਿੰਨਾ ਟਾਈਮ ਸ਼ੂਟਿੰਗ ਚੱਲਦੀ ਰਹੀ ਹੈ ਉਹਨਾਂ ਟਾਈਮ ਬਾਪੂ ਜੀ ਹੋਰੀ ਬਾਹਰ ਬੈਠੇ ਰਹੇ ਨੇ ਇਸ ਪਰਿਵਾਰ 'ਚ, ਕਿਉਂਕਿ ਇੱਥੇ ਪਰਿਵਾਰ ਵੱਸਦਾ, ਸ਼ੁਰੂ ਤੋਂ ਹੀ 47 ਤੋਂ ਇਸ ਘਰ ਦੇ ਵਿੱਚ ਰਹਿ ਰਿਹਾ, ਉਹਨਾਂ ਦੇ ਨਾਲ ਇਹ ਬੈਠਦੇ ਰਹਿੰਦੇ ਰਹੇ ਨੇ। ਪਰ ਬਾਪੂ ਦੀ ਗੱਲਬਾਤ 'ਚੋਂ ਇੱਕ ਚੀਜ਼ ਜ਼ਰੂਰ ਹੈ, ਇੱਕ ਸਾਨੂੰ ਵੀ ਇਹ ਗੱਲ ਸੁਣਦੇ ਹੋਏ ਥੋੜ੍ਹਾ ਜਿਹਾ ਠੀਕ ਨਹੀਂ ਲੱਗ ਰਿਹਾ ਕਿ ਇੱਕ ਬਾਪੂ ਇੰਨਾ ਚਾਹੁੰਦਾ ਹੋਵੇ ਹੈ ਨਾ ਜੀ, ਅਤੇ ਉਹਨੂੰ ਫਿਲਮ ਦੇ ਕਲਾਕਾਰਾਂ ਦੇ ਜਾਂ ਡਾਇਰੈਕਟਰ ਨੇ ਜਾਂ ਜਿਹੜੀ ਫਿਲਮ ਦੀ ਟੀਮ ਸੀ, ਕਿਉਂਕਿ ਜਿਹੜਾ ਫਿਲਮ ਦਾ ਹੀਰੋ ਹੁੰਦਾ ਜਾਂ ਹੀਰੋਇਨ ਨੇ ਜਾਂ ਬਾਕੀ ਕਲਾਕਾਰ ਨੇ, ਉਹਨਾਂ ਦੇ ਧਿਆਨ 'ਚ ਨਹੀਂ ਚੀਜ਼ਾਂ ਹੁੰਦੀਆਂ, ਪਰ ਜਿਨ੍ਹਾਂ ਨੇ ਆਲੇ ਦੁਆਲੇ ਸੁਰੱਖਿਆ ਦੇਣੀ ਹੁੰਦੀ ਹੈ ਉਹਨਾਂ ਲੋਕਾਂ ਦਾ ਜਾਂ ਜਿਹੜੇ ਲੋਕਾਂ ਨਾਲ ਰਾਬਤਾ ਕਾਇਮ ਕਰਕੇ ਰੱਖਦੀ ਫਿਲਮ ਦੀ ਟੀਮ, ਉਹਨਾਂ ਨੂੰ ਚਾਹੀਦਾ ਜ਼ਰੂਰ ਹੈ ਕਿ ਕੋਈ ਸਾਡਾ ਇਸ ਤਰ੍ਹਾਂ ਦੇ ਲੋਕ ਤਾਂ ਨਹੀਂ ਹੈਗੇ ਬਾਹਰ ਖੜ੍ਹੇ, ਕੋਈ ਇਹੋ ਜਿਹੇ ਲੋਕ ਤਾਂ ਨਹੀਂ ਇੰਤਜ਼ਾਰ ਕਰ ਰਹੇ, ਰੋਜ਼ਾਨਾ ਆਉਂਦੇ ਦਾ ਬੰਦੇ ਦਾ ਪਤਾ ਲੱਗ ਜਾਂਦਾ ਹੈ ਕਿ ਕੌਣ ਰੋਜ਼ ਆ ਰਿਹਾ। ਬਾਪੂ ਜੀ, ਮਨ ਨੂੰ ਠੇਸ ਪਹੁੰਚੀ ਕਿ ਸਾਨੂੰ ਨੇੜੇ ਨਹੀਂ ਜਾਣ ਦਿੱਤਾ ਗਿਆ? ਮਨ ਨੂੰ ਠੇਸ ਤਾਂ ਪਹੁੰਚਦੀ ਹੈ, ਪਰ ਅਸੀਂ ਆਉਂਦੇ ਵੀ ਖੋਰੇ ਉਹਨਾਂ ਦਾ ਜ਼ਰੂਰੀ ਕੰਮ ਹੋਣਾ, ਜਿਹੜਾ ਗਾਹ ਆਉਂਦੇ ਜਾਣ ਨਹੀਂ ਦਿੰਦੇ ਵੀ ਭੀੜ ਨਾ ਹੋਵੇ, ਵੀ ਉਹਨਾਂ ਦੀ ਕੋਈ ਫਿਲਮ ਨਾ ਖਰਾਬ ਹੁੰਦੀ ਹੋਵੇ, ਜੀ ਕਰਦਾ ਹੀ ਮਿਲਣ, ਜੀ ਤਾਂ ਸਾਰਾ ਨਾ ਕਰਦਾ, ਵੇਖਣ ਨੂੰ ਵੇਖੀ ਕੀ ਕਰਦੇ ਆ, ਕਿਹੋ ਜਿਹੇ ਐਕਟਰ ਬਣੇ ਨੇ, ਕੀ ਕੁਛ ਸ਼ੋਅ ਕੀ ਕਰ ਰਿਹਾ, ਜੀ ਤਾਂ ਕਰਦਾ ਸੀ, ਪਰ ਉਹ ਫਿਰ ਅੰਦਰ ਨਹੀਂ ਆਉਣ ਦਿੰਦੇ, ਫਿਰ ਜੀ ਚੱਕੇ ਨਾ ਥੋੜ੍ਹਾ ਆਉਣਾ, ਅਗਲੇ ਦਾ ਕੰਮ ਥੋੜ੍ਹਾ ਖਰਾਬ ਕਰਨਾ। ਇਸ ਤਰ੍ਹਾਂ ਵੇਖੋ ਬਾਪੂ ਜੀ ਦੀ ਹਸਮੁੱਖ ਨੇ, ਖੁੱਲ੍ਹੇ ਡੁੱਲੇ ਸੁਭਾਅ ਦੇ ਨੇ, ਅਤੇ ਬਾਪੂ ਜੀ ਹੋਰਾਂ ਦਾ ਜਿਵੇਂ ਦਿਲ ਕਰਦਾ ਸੀ ਕਿ
ਟੀਮ ਦੇ ਜਿਹੜੇ ਫਿਲਮ ਦੇ ਹੀਰੋ ਨੇ, ਐਮੀ ਵਿਰਕ ਨੇ, ਜਾਂ ਜਿਹੜੇ ਹੋਰ ਵੱਖ ਵੱਖ ਕਲਾਕਾਰ ਵੱਖ ਵੱਖ ਭੂਮਿਕਾਵਾਂ ਨਿਭਾ ਰਹੇ ਸਨ, ਅਤੇ ਇਸ ਹਵੇਲੀ ਦੇ ਵਿੱਚ ਸ਼ੂਟਿੰਗ ਲਗਾਤਾਰ ਮਹੀਨੇ ਦੇ ਲਗਭਗ ਚੱਲਦੀ ਰਹੀ। ਸੋ ਬਾਪੂ ਜੀ ਹਰਾਂ ਨੂੰ ਇਸ ਗੱਲ ਦਾ ਜ਼ਰੂਰ ਮਲਾਲ ਰਹੇਗਾ ਕਿ ਜਿਹੜੇ ਫਿਲਮ ਦੇ ਕਲਾਕਾਰ ਨੇ ਉਹ ਇਹਨਾਂ ਨੂੰ ਨਹੀਂ ਮਿਲੇ, ਨਾ ਇਹਨਾਂ ਨੂੰ ਸ਼ੂਟਿੰਗ ਦੇ ਨੇੜੇ ਆਉਣ ਦਿੱਤਾ ਗਿਆ। ਅਸੀਂ ਜ਼ਰੂਰ ਕਹਿਣਾ ਚਾਹਾਂਗੇ ਫਿਲਮ ਦੇ ਆਰਟਿਸਟਾਂ ਨੂੰ, ਆਉਣ ਵਾਲੇ ਸਮੇਂ 'ਚ ਜੇਕਰ ਮੇਰੇ ਪਿੰਡ ਦਾ ਇਹ ਕਲਾਕਾਰ ਐਮੀ ਵਿਰਕ ਜੇਕਰ ਇਸ ਏਰੀਏ 'ਚ ਕਦੇ ਵੀ ਆਉਂਦਾ, ਤਾਂ ਬਾਪੂ ਹੋਣਾਂ ਦਾ ਪਿੰਡ ਜਿਹੜਾ ਉਹ ਬਿਲਕੁਲ ਆਸ਼ੀ ਹੈ ਕਿ ਜਿੱਥੇ ਇਹ ਸ਼ੂਟਿੰਗ ਹੋਈ ਹੈ ਕਲਾਕਾਰ ਵੀ ਜਾਣਦਾ ਅਤੇ ਬਾਕੀ ਟੀਮ ਵੀ ਜਾਣਦੀ ਹੈ। ਬਾਪੂ ਨੂੰ ਜ਼ਰੂਰ ਮਿਲ ਕੇ ਜਾਣ, ਅਤੇ ਮੈਂ ਇੱਕ ਵਾਰੀ ਕੈਮਰਾਮੈਨ ਨੂੰ ਕਹਾਂਗਾ ਕਿ ਇਹ ਛੱਤ ਦਿਖਾਈ ਜਾਵੇ, ਇਹ ਵੇਖ ਸਕਦੇ ਹੋ ਟਾਈਲਾਂ ਜਿਹੜੀਆਂ ਨੇ, ਜ਼ੂਮ ਕਰਕੇ ਕੈਮਰਾ ਦਿਖਾਇਓ, ਇਹ ਟਾਈਲਾਂ ਵੀ ਲਗਭਗ 1 ਫੁੱਟ ਤੋਂ ਵਧੇਰੇ ਲੰਬਾਈ ਲੱਗ ਰਹੀ ਹੈ ਇਹਨਾਂ ਟਾਈਲਾਂ ਦੀ, ਅਤੇ ਜਿਹੜੇ ਲੋਹੇ ਦੇ ਜਿਹੜੇ ਇਸ ਦੇ ਵਿੱਚ ਬਾਲਿਆਂ ਦੀ ਥਾਂ 'ਤੇ ਪੱਤੀਆਂ ਪਈਆਂ ਨੇ ਮੋਟੀਆਂ, ਅਤੇ ਗਾਡਰ ਨੇ, ਅਤੇ ਕਿਵੇਂ ਆਹ ਗੇਟ ਖੁੱਲ੍ਹਦੇ ਹੋਣਗੇ, ਮਾਣ ਮੱਤੇ ਗੇਟ ਨੇ, ਅਤੇ ਵੇਖੋ ਕਿੰਨੀ ਉਮਰ ਇਹਨਾਂ ਦੀ ਰਾਜੇ ਬਾਈ, ਕਿੰਨੀ ਉਮਰ ਹੋਣ ਚੁੱਕੀ ਹੈ ਨਾ, ਲੱਗਦਾ ਨਹੀਂ ਹੈਗਾ ਕਿ ਹੈ ਨਾ ਇਹ ਕੋਈ ਲੱਗ ਨਹੀਂ ਰਿਹਾ ਵੀਰ ਜੀ, 150 ਸਾਲ ਪੁਰਾਣੀ ਇਹ ਜਿਹੜੀ ਮਤਲਬ ਹੋ ਗਈ। ਅੱਜ ਕੱਲ੍ਹ ਜੇ ਆਪਾਂ ਕੋਠੀ ਪਾਉਂਦੇ ਤਾਂ 6 ਮਹੀਨੇ ਸਾਲ ਮਗਰੋਂ ਸਾਰਾ ਸਮੈਂਟ ਥੱਲੇ ਉੱਤਰ ਜਾਂਦਾ ਜੀ, ਅਤੇ ਇਹਨਾਂ ਦੇ ਕੋਈ ਮਤਲਬ ਹੀ ਨਹੀਂ ਵੀਰ ਜੀ। ਅਤੇ ਬਾਪੂ ਜੀ ਉਹ ਹਵਾਲਾਤ ਕਿੱਥੇ ਆ ਜਿੱਧਰ ਕੋਈ ਚੋਰੀ ਕੋਈ ਗਲਤੀ ਕਰਦਾ ਸੀ? ਬਾਹਰ ਹੁੰਦੀ ਨਾ ਪੈਲੀ ਦੇ ਵਿੱਚ, ਉਹਨਾਂ ਨੇ ਆਪਦਾ ਵਾੜਾ ਵਲਿਆ ਹੁੰਦਾ ਸੀ। ਅੱਛਾ, ਬੰਦਿਆਂ ਨੌਕਰਾਂ ਨੂੰ ਆਖਿਆ ਵੀ ਜਿਹੜੇ ਡੰਗਰ ਵਾਰਾ ਨੇ ਲਿਆ ਕੇ ਵਿੱਚ ਦੇ ਦਿਓ, ਠੀਕ ਹੈ, ਵਿੱਚ ਦੇ, ਅਤੇ ਫਿਰ ਡਰਦਾ ਉਹ ਕੋਈ ਬੰਦਾ ਫਿਰ ਆਪਦਾ ਡੰਗਰੇ ਦੀ ਝਾਲ 'ਚ ਨਹੀਂ ਚਾਰਦਾ। ਇਹ ਕਮਰੇ ਕੀ ਨੇੜੇ ਪਿੱਛੇ ਨੇ? ਇਹ ਕਮਰੇ ਉਹਨਾਂ ਦੇ ਸਟੋਰ ਹੀ ਨੇ ਸਾਰੇ, ਠੀਕ ਹੈ, ਦਾਣਾ ਫੱਕਾ ਰੱਖਣ ਨੂੰ। ਉਹਦੇ ਬਾਹਰਲੇ ਬੰਨੇ ਇੱਕ ਵੱਡਾ ਕਮਰਾ, ਉਹ ਤੁਹਾਨੂੰ ਵਿਖਾਇਆ, ਉਹਦੇ 'ਚ ਬੜਾ ਜ਼ਿਆਦਾ ਰਿਜਕ ਹੁੰਦਾ ਸੀ ਵੀ ਜੋ ਫਸਲ ਆ ਸਾਰੀ ਪੈਲੀ 'ਚ ਬੀਜਣੀ ਆ, ਜੋ ਪਿੰਡਾਂ ਛੱਟਾ ਦੇਣਾ, ਉਹ ਗੱਡਿਆਂ ਨਾਲ ਭਰ ਭਰ ਕੇ ਦੇ ਵਿੱਚ ਉਹਦੇ ਉਹਨਾਂ ਰੱਖਿਆ ਹੁੰਦਾ ਸੀ। ਆ ਬਾਪੂ ਜੀ ਜਿਹੜੀ ਇੱਕ ਉਹ ਕੀ ਚੀਜ਼ ਮਸਜਿਦ ਕੀ? ਉਹ ਮਸੀਤ ਇਹਨਾਂ ਦੀ ਜੋ ਇਲਾਕੇ ਦੇ ਇਹ ਨਾ ਮੁਸਲਮਾਨ, 2-3 ਪਿੰਡ ਸਨ, ਜੱਲਿਆਲਾ ਅਤੇ ਆਸ਼ੇ ਰੋਡੇ ਵਾਲਾ, 4-5 ਪਿੰਡ, ਇਹ ਸਾਰੇ ਮੁਸਲਮਾਨ ਆਣ ਕੇ ਇੱਥੇ ਨਮਾਜ਼ ਕਰਦੇ ਸੀ ਇਹਦੇ ਕੋਲ। ਅੱਛਾ, ਆਪ ਤਾਂ ਉਹਨੇ ਰੋਜ਼ ਕਰਨੀ ਕਰਨੀ ਆ, ਅਤੇ ਜਿੱਦਣ ਇਹਨਾਂ ਦਾ ਈਦ ਦਾ ਦਿਨ ਹੁੰਦਾ ਸੀ ਜਾਂ ਬਕਰੀਦ ਦਾ ਦਿਨ ਹੋਣਾ, ਉੱਧਰ ਨੂੰ ਇੱਥੋਂ ਨਮਾਜ਼ ਕਰਕੇ ਜਾਂਦੇ ਸੀ ਜੀ। ਆ ਆਹ ਗੱਲ ਜੀ, ਹਾਂਜੀ। ਸੋ ਬਾਪੂ ਜੀ ਹੋਰਾਂ ਨੇ ਬਹੁਤ ਸੋਹਣੀ ਜਾਣਕਾਰੀ ਦਿੱਤੀ ਹੈ, ਅਤੇ ਤੁਹਾਨੂੰ ਇੱਕ ਹੋਰ ਜਾਣਕਾਰੀ ਦੇ ਰਿਹਾ। ਜਦੋਂ ਅੰਗਰੇਜ਼ਾਂ ਦਾ ਸ਼ਾਸਨ ਸੀ, ਹਾਂਜੀ, ਇੱਕ ਬਹੁਤ ਹੀ ਵੱਡਾ ਵਡਮੁੱਲਾ ਇਤਿਹਾਸ ਸਮੋਈ ਬੈਠੀ ਉਹ ਇਮਾਰਤ ਸੀ, ਉੱਥੇ ਜਾ ਰਹੇ ਹਾਂ, ਅਤੇ ਬਾਪੂ ਜੀ ਉਹਦੇ ਬਾਰੇ ਜਾਣਕਾਰੀ ਦੇਣਗੇ। ਜੁੜੇ ਰਹੋ ਚੈਨਲ SP ਮੀਡੀਆ ਪੰਜਾਬ ਨਾਲ। ਮੈਂ ਸਾਹਿਬ ਸਿੰਘ ਵਿਰਕ ਮੱਲਾਂ ਵਾਲਾ ਕਸਬੇ ਤੋਂ, ਕੈਮਰਾਮੈਨ ਸੋਨੂੰ ਵਿਰਕ, ਦਿਓ ਇਜਾਜ਼ਤ, ਬਹੁਤ ਬਹੁਤ ਧੰਨਵਾਦ।